ਅਸਲਾਮ ਅਲੈਕੁਮ ਸੱਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਖੈਰੀਅਤ ਨਾਲ ਹੁੰਦੇ ਆ। ਅੱਜ ਦਿਨ ਹੈ ਜੀ ਜੁਮਾਤੁਲ ਮੁਬਾਰਕ ਦਾ, ਜੀ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਕੰਮ ਉਮਰ ਤੇ ਮਾਸ਼ਾਅੱਲਾ ਜੀ ਸਸਤੇ ਵਪਾਰੀ ਮੁਹੰਮਦ ਬਲਾਲ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਬਾਜਵਾ ਸਾਹਿਬ ਨੇ ਇੱਕ ਦਫ਼ਾ ਫਿਰ ਦਿਲ ਖੁਸ਼ ਕੀਤਾ ਦੋਸਤਾਂ ਵਾਸਤੇ। ਨੌਂ ਅੱਛੀ ਨਸਲ ਤੇ ਮੁਨਾਸਬ ਕੀਮਤ ਦੀਆਂ ਗਾਵਾਂ, ਇਸ ਤੋਂ ਇਲਾਵਾ 7 ਕੁਰਬਾਨੀ ਦੇ 2 ਦੰਦ ਵੱਛੇ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਤੇ ਜੀ 1,30,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਜਾਇਜ਼ ਮੁਨਾਸਬ ਪਿਆਰ ਮੁਹੱਬਤ ਵਾਲਾ ਰੇਟ ਹੈ ਉਹ ਵੀ ਮਲੂਮ ਕਰਨੇ ਆ। ਭਾਈ ਫੈਸਲ ਆਓ ਸਾਹਮਣੇ, ਕੀ ਹਾਲ ਭਾਈ? ਠੀਕ ਹੋ? ਬਾਜਵਾ ਸਾਹਿਬ ਕੀ ਹਾਲ? ਅੱਲਾ ਵਾਕ ਦਾ ਬੜਾ ਸ਼ੁਕਰ ਹੈ। ਬਲਾਲ ਭਾਈ ਤੁਸੀਂ ਸੁਣਾਓ, ਠੀਕ ਹੋ? ਸਭ ਹੈਰੀਏ ਤੇ ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਹਰ ਜੁਮੇ ਵਾਲੇ ਦਿਨ, ਇਸ ਤੋਂ ਇਲਾਵਾ ਸੋਮਵਾਰ ਵਾਲੇ ਦਿਨ ਜਨਾਬ ਦੀ ਵੀਡੀਓ ਅਪਲੋਡ ਕੀਤੀ ਜਾਂਦੀ ਹੈ। ਦੋਸਤਾਂ ਨੂੰ ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਬਸਰੂਰ, ਗਾਉਂ ਚੌਕ ਫਲੋਰਾ, ਮੇਨ ਸਿਆਲਕੋਟ ਰੋਡ ਤੇ ਡੇਰਾ। ਸਿਆਲਕੋਟ ਭਗਵਾਲਾ ਰੋਡ ਜਾਂਦੇ, ਚਵਿੰਡੇ 3 ਕਿਲੋਮੀਟਰ। ਬਿਲਕੁਲ ਜੀ, ਮੇਨ ਰੋਡ ਸਾਹਮਣੇ ਨਜ਼ਰ ਆ ਰਿਹਾ ਤੇ ਬਲਾਲ ਭਾਈ ਡੇਰਾ ਕਿਸ ਨਾਮ ਤੋਂ ਮਸ਼ਹੂਰ? ਆਓ ਜ਼ਰਾ ਸੂਬੇਦਾਰ ਸਾਹਿਬ, ਮਾਸ਼ਾਅੱਲਾ ਠੀਕ ਹੋ? ਤੇ ਮਾਸ਼ਾਅੱਲਾ ਬੱਚੇ ਵੀ ਲੈ ਕੇ ਆਏ ਕੁਰਬਾਨ। ਬੱਚੇ ਨੇ? ਵੀਡੀਓ ਤੋਂ ਪਹਿਲੇ ਕੀ ਕਹਿੰਦੇ ਹੋਵੇ? ਬੱਕਰੇ ਵੀ ਕਹਿ ਲਓ, ਮਾਸ਼ਾਅੱਲਾ ਘਰ ਦੇ ਭਲੇ ਨੇ, ਦੇਸੀ ਬੱਚੇ ਨੇ। ਠੀਕ ਹੈ, ਇਹ ਆਪਣੇ ਇਲਾਕੇ ਚ ਹਰੀ ਜੀ? ਠੀਕ ਹੈ, ਮਾਸ਼ਾਅੱਲਾ ਜੀ। ਸੂਬੇਦਾਰ ਸਾਹਿਬ ਦੀ ਵੀ ਦੋਸਤਾਂ ਨੂੰ ਗੁਫ਼ਤਗੂ ਸੁਣਾਉਣੀ ਆ। ਦੋਸਤ ਕਾਫੀ ਲਾਈਕ ਕਰਦੇ ਨੇ ਤੇ ਸੂਬੇਦਾਰ ਸਾਹਿਬ ਅੱਜ ਕਾਫੀ ਦੂਰ ਬੈਠੇ ਨੇ ਸਾਡੇ। ਗੁਫ਼ਤਗੂ ਸ਼ਾਮਲ ਕਰਾਂਗੇ ਅੱਜ ਦੀ ਇਸ ਵੀਡੀਓ ਚ। ਦੋਸਤਾਂ ਵਾਸਤੇ ਕੋਈ ਪੈਗਾਮ, ਕੋਈ ਮੈਸੇਜ? ਦੋਸਤਾਂ ਵਾਸਤੇ ਪੈਗਾਮ ਇਹ ਹੀ ਹੈ ਕਿ ਜਿਹੜੇ ਪਹਿਲੇ ਨੰਬਰ ਤੇ ਉਹ ਸੌਰੀ ਕਿ ਜਿਨ੍ਹਾਂ ਲੋਕਾਂ ਨੇ ਇਹ ਤੁਹਾਨੂੰ ਮੈਨੂੰ ਪੜ੍ਹ ਕੇ ਸੁਣਾਏ ਨੇ ਨਾ ਕਮੈਂਟ ਜਿਹੜੇ, ਉਹਨਾਂ ਦਾ ਮੈਂ ਬਹੁਤ 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 ਮਸ਼ਕੂਰ ਔਰ ਉਹਨਾਂ ਦਾ ਮੈਂ ਸ਼ੁਕਰ ਗੁਜ਼ਾਰ ਹਾਂ ਕਿ ਜੋ ਕੁਛ ਉਹਨਾਂ ਨੇ ਲਿਖਿਆ ਹੋਵੇ ਕਿ ਮੈਂ ਇਸ ਕਾਬਲ ਨਹੀਂ ਹਾਂ, ਮੈਂਬਰ ਸਾਹਿਬ ਦੀ ਤਰਫੋਂ ਜਾਂ ਮੇਰੀ ਤਰਫੋਂ ਜੋ ਕੁਛ ਲਿਖਿਆ ਹੋਵੇ। ਅਤੇ ਸਭ ਭਰਾਵਾਂ ਨੂੰ ਮੇਰੀ ਤਰਫੋਂ ਸਲਾਮ ਅਲੈਕੁਮ, ਤੁਹਾਡੀ ਤਰਫੋਂ, ਬਲਾਲ ਦੀ ਤਰਫੋਂ। ਗੱਲ ਫਰਾਸ ਆਵੇ ਕਿ ਮਾਲ ਜ਼ਿਆਦਾ ਵੇ ਤੂੰ ਵਿਖਾਉਣਾ ਵੇ, ਟਾਈਮ ਮੈਂ ਥੋੜ੍ਹਾ ਲਾਂਗਾ। ਉਹ ਪੁੱਤਰ ਵੀ ਚੰਗਾ ਨਹੀਂ ਲੱਗਦਾ ਜਿਹੜਾ ਕੰਮ ਨਾ ਕਰੇ, ਪੁੱਤਰ ਵੀ ਉਹ ਹੀ ਚੰਗਾ ਲੱਗਦਾ ਜਿਹੜਾ ਕੰਮ ਕਰੇ। ਮੈਂ ਉਹ ਗਾਈਆਂ ਦਾ ਮਾਸ਼ਾਅੱਲਾ ਅੱਜ ਕੱਲ੍ਹ ਨਾ ਸੂਆ ਕੋ ਘੱਟ ਗਿਆ, ਮੈਂ ਸੂਈਆਂ ਵੇਖੋ ਗਾਵਾਂ ਲੈਂਦਾ ਹਾਂ, ਮੇਰੀ ਜਿਹੜੀ ਵੀ ਗਾਂ ਚੱਡੇ ਬਾਜ ਗਾਂ ਹੈਗੀ। ਕੱਲ੍ਹ ਮੈਨੂੰ ਯਾਦ ਆ ਗਿਆ ਕਿ ਕੱਲ੍ਹ ਇਸ ਟਾਈਮ ਉਹ ਵੱਡੀਆਂ ਦੋ ਗਾਵਾਂ ਨੇ ਜਿਹੜੀਆਂ ਡੱਬੇ ਰੰਗ ਦੇ ਪਿਛਲੇ ਵਾਰ ਤੋਂ ਚਾੜ ਜਾਣ, ਉਹ ਇੰਨਾ ਭਾਰ ਨਾਲ ਖੜੀਆਂ ਸਨ, ਦਿਲ ਖੁਸ਼ ਹੋ ਗਿਆ ਉਹਨਾਂ ਨੇ ਗਾਵਾਂ ਨਹੀਂ ਵੇਖੀਆਂ, ਮੈਨੂੰ ਲਿਖ ਕੇ ਮੈਨੂੰ ਕੋਲ ਲਿਖਵਾਇਆ ਸੀ। ਮੈਂ ਥੋੜ੍ਹਾ ਬੰਦਾ ਜ਼ੇਰ ਹੋਏ ਵੀ ਉਹਦਾ ਵਡੇਰਾ ਹੋਏ, ਹਾਜੀ ਮੁਹੰਮਦ ਨਸੀਰ ਅਹਿਮਦ ਅਤੇ ਹਾਜੀ ਮੁਹੰਮਦ ਨਵਾਜ਼ ਮਕਾਮ ਖਾਸ ਚੀਚੀਆਂ ਤਹਿਸੀਲ ਵਾ ਜ਼ਿਲ੍ਹਾ ਗੁਜਰਾਤ, ਇਹਨਾਂ ਮੈਂ ਅੱਜ ਤੱਕ ਕਸਮ ਨਹੀਂ ਚੁੱਕੀ। ਉਹਨੇ ਐਡਾ ਦਨਾਹ ਬੰਦਾ ਸੀ, ਉਹਨੇ ਕਸਮ ਚੁੱਕੇ ਨਾ ਐਡੀ ਵੱਡੀ, ਉਹਨੇ ਕਿਹਾ ਸੂਬੇਦਾਰ ਸਾਹਿਬ ਤੇਰੀਆਂ ਗਾਈਆਂ ਨਹੀਂ ਵੇਖੀ, ਤੇਰੀ ਗੱਲ ਸੁਣ ਕੇ ਆਏ ਹਾਂ ਅਤੇ ਜਿਹੜੀਆਂ ਗਾਈਆਂ ਹੈ ਸਾਨੂੰ ਭੇਜ ਦਿਓ। ਅਤੇ ਮੇਰੇ ਬਰਖੋਦਾਰ, ਮੈਂ ਕਿਹਾ ਪੁੱਤਰ ਜੇ ਵੱਡੀਆਂ ਦੋ ਜ਼ਿੰਦਾਬਾਦ। ਉਹਨੇ ਕਿਹਾ ਮਜ਼ਾ ਆਇਆ ਤੁਹਾਡੀ ਗੱਲ ਦਾ, ਅਤੇ ਕਈਆਂ ਦਾ ਉਹਨੂੰ ਮੈਂ ਨਹੀਂ ਕਿਸੇ ਬਾਹਰ, ਮਿਹਨਤ ਕਰੋ, ਇਹ ਤਾਂ ਗੰਦ ਨਾ ਸੁੱਟੋ, ਹਸਦ ਨਾ ਕਰੋ, ਜ਼ਿੰਦਾਬਾਦ। ਮਿਹਨਤ ਕਰਕੇ ਤਾਂ ਵੇਖੋ ਭਲਾ, ਜੇ ਮਜ਼ਾ ਉਹਨਾਂ ਨੇ ਫਲ ਨਾ ਦਿੱਤਾ ਤਾਂ ਤਾਂ ਮੈਨੂੰ ਆ ਕੇ ਪੁੱਛਣਾ ਸੂਬੇ ਦਾ ਕੀ ਜਾਮੀਆਂ ਮਾਵੀਆਂ ਮਾਰਦਾ ਰਹਿੰਦਾ। ਮਿਹਨਤ ਫਰਾਜ਼ ਸਭ, ਆ ਜਿਹੜਾ ਟਾਈਮ ਲੋਕਾਂ ਦੀਆਂ ਗੱਲਾਂ ਦਿਖਾਦੇ, ਇੰਨਾ ਮਿਹਨਤ ਦੇ ਕੇ ਵੇਖੋ ਭਲਾ, ਜ਼ਿੰਦਾਬਾਦ। ਅਤੇ ਮਾਲ ਹੁਣ ਥੋੜ੍ਹਾ ਹੀ ਹੈ, ਆਪਣਾ ਮਾਲ ਜ਼ਿਆਦਾ ਮਾਸ਼ਾਅੱਲਾ, ਅਤੇ ਸੋਰੀ, ਅੱਛਾ ਮਾਲ ਜ਼ਿਆਦਾ ਅਤੇ ਟਾਈਮ ਹੁਣ ਤੁਹਾਡਾ ਥੋੜ੍ਹਾ ਲੈਂਦਾ। ਆਖਰ ਤਾਂ ਮੈਂਬਰ ਸਾਹਿਬ ਚਸ ਨਾ ਦਿੱਤੀ ਅੱਜ,
ਤੇ ਮੈਂਬਰ ਦਾ ਵਿੱਚੋਂ ਕੈਂਸਲ ਕਰ ਦੇਣਾ। ਇਹਦੇ ਵਿੱਚ ਲੋਕਾਂ ਨੇ ਦੱਸਣ ਮੇਰੇ ਭਰਾ ਕਿ ਚਸ ਦਿੱਤੀ ਹੈ, ਇੱਕ ਆਖਰ ਦੇ ਹੀਰੋ ਵਹਿੜੀਏ, ਤੁਹਾਨੂੰ ਪਤਾ ਇੱਕ ਨਿਸ਼ਾਨ ਵਹਿੜ ਵੀ ਹੋਣੀ ਚਾਹੀਦੀ ਹੈ ਨਾ। ਦੂਸਰਾ ਇੱਕ ਮੈਂ ਵੀ ਪੁੱਛਣਾ ਚਾਹਾਂਗਾ, ਮੈਨੂੰ ਪਤਾ ਹੀ ਚੱਲਿਆ ਕਿ ਜਨਾਬ ਗਾਵਾਂ ਜਾਂ ਮੱਝਾਂ ਦਾ ਹੀ ਇਹ ਵਪਾਰ ਕਰਦੇ ਰਹੇ ਨੇ ਤੇ ਅੱਜ ਕੁਰਬਾਨੀ ਦੇ ਬੱਚੇ ਵੀ ਆਏ ਨੇ। ਮੈਂ ਯਾਦ ਆ ਗਿਆ, ਮੈਂ ਕੁਰਬਾਨੀ ਦਾ ਬੱਚਾ ਅੱਜ ਤੱਕ ਲੈ ਕੇ ਵੇਚਿਆ ਨਹੀਂ। ਜਦੋਂ ਦਾ ਸਾਡੇ ਵਾਲਾ ਸਾਹਿਬ ਵੀ ਵਪਾਰ ਕਰਦੇ ਸਨ, ਮੇਰੇ ਤੋਂ ਵੱਡਾ ਭਰਾ ਵੀ ਕਰਦਾ ਸੀ, ਉਹਨੇ ਵੀ ਤੇ ਨਾ ਮੈਂ ਹੀ, ਮੈਨੂੰ ਵੀ 10-11-12 ਸਾਲ ਹੋ ਗਏ ਨੇ ਕੁਰਬਾਨੀ ਦਾ ਜਾਨਵਰ ਲੈ। ਇਹ ਬਾਬਾ ਬਸ਼ੀਰ ਚਾਰਦਾ ਸੀ ਪਿਆ ਬੱਚੇ, ਉਹਦੇ ਕੋਲ 50 ਬੱਚੇ ਨੇ ਤੇ ਮੈਂ ਕੋਲੋਂ ਹੀ ਲੰਘਦਾ ਹਾਂ ਪਿਆ ਤੇ ਐਵੇਂ ਬੱਚੇ ਵੇਖ ਵੇਖਣ ਲੱਗ ਪਏ। ਉਹਨੇ ਕਿਹਾ ਹਾਂਜੀ ਭਾਅ ਜੀ, ਮੈਂ ਮੈਨੂੰ ਬੱਚੇ ਸੋਹਣੇ ਲੱਗਦੇ ਨੇ ਪਰ ਮੈਂ ਵੇਖਣ ਲੱਗ ਪਿਆ। ਉਹਨੇ ਕਿਹਾ ਕੀ ਤੁਹਾਡਾ ਕਰਨਾ ਹੈ? ਮੇਰਾ ਵਪਾਰ ਦਾ ਕਰਨਾ, ਬੜਾ ਕਰਦੇ ਕਰਦੇ ਮੋਕਰੀ ਮੰਗਾ ਦੀ ਉਹਨਾਂ ਨਾਲ ਬੱਚਿਆਂ ਦਾ ਨਾ ਦਹਾਂ ਦਾ ਸੌਦਾ ਹੋ ਗਿਆ। ਤੇ ਉਹਨਾਂ ਨੇ ਮੈਂ ਨੰਬਰ ਤੁਹਾਡਾ ਵੀ ਦੇ ਕੇ ਆਇਆ ਜੇ, ਤੇ ਬਲਾਲ ਉਹਦੇ ਮੁੰਡੇ ਕੋਲ ਜਿਹੜਾ ਟੱਚ ਮੋਬਾਈਲ ਉਹ ਵੀ ਹੈ। ਮੈਂ ਕਿਹਾ ਪੁੱਤਰਾ ਆਪਣੇ ਅੱਬੇ ਨੂੰ ਮੇਰੇ ਬੱਚੇ ਜਿਹੜੇ ਮੈਂ ਮੁੱਲ ਕਰਾਂਗਾ ਨਾ ਵੀਡੀਓ 'ਤੇ, ਇਹ ਮੁੱਲ ਜ਼ਰੂਰ ਸੁਣਾਉਣੇ ਨੇ ਜੀ ਜੀ। ਅਤੇ ਜੇ ਆਇਆ ਮਜ਼ਾ, ਦੋ ਵਿੱਚੋਂ ਇੱਕ ਤਿੰਨ ਛੇ ਸੱਤ ਰਹਿ ਗਏ ਨੇ ਸਾਹਿਬ ਜੀ, ਤਿੰਨ ਬੱਚੇ ਵੇਖੇ ਨੇ ਸੇਲ ਹੋ ਗਏ ਨੇ, ਸੇਲ ਹੋ ਗਏ ਨੇ। ਇਹ ਸੱਤ ਬੱਚੇ ਨੇ ਜੇ ਵੀਡੀਓ 'ਤੇ ਇਹਨਾਂ ਦਾ ਵੇਖੇ ਅਤੇ ਉਹਦੇ 50 ਦੇ 50 ਬੱਚੇ ਹੀ ਮਾਸ਼ਾਅੱਲਾ ਚੜ ਗਏ, ਚੁਗੇ ਬੱਚੇ ਜੇ ਕੋਈ ਇਹਨਾਂ ਨੂੰ ਉਹਨੇ ਵੰਡਾ ਨਹੀਂ ਜੇ ਪਾਇਆ। ਸਵੇਰੇ ਖੋਲਦਾ ਜੇ ਦੇਸੀ ਅਤੇ ਬੰਨਾਂ ਵਾਲੇ ਅਤੇ ਸ਼ਾਮੀ ਆਉਣ ਬੰਨਦਾ ਹਜੇ। ਅਤੇ ਉਹਨੂੰ ਮੈਂ ਕਿਹਾ ਸੀ ਮੈਂ ਵੀ ਨੇਕੀ ਕਰਨਾ ਚਾਹੁੰਦਾ, ਜੇ ਤੂੰ ਸਾਲ ਪੂਰਾ ਅਤੇ ਅਸੀਂ ਵੀ 15-16 ਦਿਨ ਨਾਲ ਕਮਾਈ ਨਹੀਂ ਕਰਨੀ, ਸਿਰਫ ਜਹਾਦ ਹੀ ਕਰਨਾ। ਜਿੰਦਾਬਾਦ, ਬਹੁਤ ਸ਼ੁਕਰੀਆ। ਬੱਚਿਆਂ ਦੇ ਬਾਰੇ ਗਾਈਆਂ 'ਚ, ਗਾਈਆਂ 'ਚ ਮੈਂ ਨਫਾ ਲੈਂਦਾ ਜੀ, ਮੈਂ ਗਲਤ ਵੀ ਇੰਨਾ ਜੀ, ਗਾਈਆਂ 'ਚ ਸਾਰੇ ਪੇਟ ਲੱਗਾ, ਮੇਰੇ ਦੋ ਨੌਕਰ ਵੀ ਨੇ, ਸਾਰਾ ਦਿਨ ਪੱਠੇ ਵੰਡਾ ਸਭ ਕੁਛ। ਉਂਝ ਇਹ ਬੱਚਿਆਂ ਦਾ ਨਾ ਜਹਾਦ ਹੀ ਕਰਨਾ। ਹਾਈ ਸਾਹਿਬ ਹੋਰ ਇੱਕ ਹੋਰ ਵੀ ਪੈਗਾਮ ਦਿੱਤਾ ਕਿ ਫਰਾਜ਼ ਸਾਹਿਬ ਜੀ ਦੀ ਆਵਾਜ਼ ਸੁਣਿਆ ਨਾ ਤੇ ਭੁੱਖ ਮਰ ਜਾਂਦੀ। ਹਾਈ ਸਾਹਿਬ ਕਿਹੜੇ? ਹਾਈ ਸਾਹਿਬ ਹੈ। ਅੱਛਾ, ਚਲੋ ਮਿਹਰਬਾਨੀ ਜੀ, ਸੀ ਸਾਹਿਬ ਦੋਸਤਾਂ ਦੀ ਚਾਹਤ ਹੈ ਜੀ, ਇਹ ਚਾਹਤ ਕਰਦੇ ਨੇ ਜੀ ਭਾਈ ਬਿਲਾਲ। ਇਹ ਜੀ ਬਾਦਰੀ ਸੋਹਣੀ, ਉਂਝ ਵੀ ਸੋਹਣਾ। ਮਿਹਰਬਾਨੀ ਸਰ, ਬਹੁਤ ਸ਼ੁਕਰੀਆ ਜੀ ਭਾਈ ਬਿਲਾਲ। ਲੈ ਕੇ ਆਓ ਜੀ, ਟੋਟਲ 9 ਗਾਵਾਂ ਨੇ, ਇਸ ਤੋਂ ਇਲਾਵਾ 7 ਕੁਰਬਾਨੀ ਦੇ ਬੱਚੇ ਨੇ। ਸਾਰੇ ਜਾਨਵਰਾਂ ਦਾ ਸ਼ੋਕ ਕਰਾਉਂਦੇ ਹਾਂ ਅਤੇ ਸਾਰੇ ਦੋਸਤਾਂ ਕੇ ਗੁਜ਼ਾਰਿਸ਼ ਹੈ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ, ਲਾਈਕ ਕਰਨਾ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ। ਲਓ ਜੀ ਦੋਸਤਾਂ, ਚੈੱਕ ਕਰੋ, ਮਾਸ਼ਾਅੱਲਾ ਜੀ, ਗਾਂ ਨੰਬਰ 1 ਮੁਕੰਮਲ ਨਜ਼ਾਰਾ ਕਰਨਾ, ਸੂਈ ਹੈ ਇਹ। ਬਾਈ ਅਮਰ ਉੱਥੇ ਜ਼ਰਾ ਖਿਲਾਰਨੀ ਜਾ ਕੇ, ਥੱਲੇ ਜਾ ਕੇ ਕਰ ਲਿਓ ਖਿਲਾਰੇ ਉੱਥੇ। ਲਓ ਜੀ ਦੋਸਤਾਂ, ਚੈੱਕ ਕਰੋ, ਮੱਝਾਂ ਦੇ ਥਾਣ ਹੁੰਦੇ, ਪ੍ਰਿੰਟ ਵੀ ਚੰਗਾ ਮਾਸ਼ਾਅੱਲਾ ਜੀ। ਪਿੱਛੇ ਜਾ ਕੀ ਇਹਦੇ? ਠੀਕ ਹੈ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਿੱਛੇ ਦੇ ਵੱਛੀ ਥਾਣ ਜ਼ਰਾ ਦੋਸਤਾਂ ਵੇਖਣੇ ਨੇ, ਮੁਕੰਮਲ ਤਸੱਲੀ ਕਰਾਵਾਂ ਦੇ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਮੁਕੰਮਲ ਨਜ਼ਾਰਾ ਕਰਨਾ ਜੀ। ਭਾਈ ਬਿਲਾਲ, ਕਿੰਨਵਾਂ ਸੂਆ ਸੂਈ ਹੈ ਤੇ ਕਿੰਨੇ ਕਿੰਨੇ? ਮਾਸ਼ਾਅੱਲਾ ਵੈੜੀ ਰਾਤ ਦੀ ਸੂਈ ਜੇ ਵੱਛੀ ਦਿੱਤੀ। ਠੀਕ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਿੱਛੇ ਦੇ ਵੱਛੀ। ਲਓ ਜੀ ਦੋਸਤੋ, ਇਹ ਚੈੱਕ ਕਰ ਲਓ। ਭਾਈ ਬਿਲਾਲ, ਆ ਜਾ ਫੜੋ ਹਾਂ ਤੁਸੀਂ ਜ਼ਰਾ, ਇਹ ਛੋਟੇ ਭਾਈ ਨੂੰ ਬੁਲਾਓ। ਆਸਮ, ਲਓ ਜੀ ਦੋਸਤੋ, ਇਹ ਚੈੱਕ ਕਰੋ ਮਾਸ਼ਾਅੱਲਾ, ਪਿੱਛੇ ਦੇ ਵੱਛੀ ਹੈ ਰਾਤ ਦੀ ਸੂਈ ਹੈ। ਇਹ ਦੋਸਤਾਂ ਵੱਛੀ ਵੀ ਚੈੱਕ ਕਰ ਲੈਣੀ ਹੈ, ਗਾਂ ਨੰਬਰ 1। ਇਹ ਬਿਲਾਲ ਭਾਈ, ਕਿੰਨਵਾਂ ਸੂਆ ਦਾ? ਬਿਲਾਲ ਭਾਈ, ਦੂਸਰਾ ਸੂਆ ਵੈੜੀ ਵੀ ਸਵੇਰ ਵਿੱਚ ਚਵਾਈ ਕੀਤੀ ਬੋਲੇ ਤੇ ਹੀ। ਠੀਕ ਹੈ, ਚਵਾਈਆਂ ਕਿੰਨੀਆਂ? ਦੋ ਗੀਆਂ ਨੇ, ਦੋ ਚਵਾਈਆਂ ਹੋ ਗਿਆ, ਤੀਸਰੀ ਚਵਾਈ ਕਰਨੀ ਹੋ। ਪਹਿਲੀਆਂ ਦੋ ਚਵਾਈਆਂ 'ਚ ਟੋਟਲ ਬੱਚੇ ਨੂੰ ਪੁਲਾ ਕੇ ਕਿੰਨਾ ਬੋਲਾ ਕੱਢਿਆ? ਬਿਲਾਲ ਦੇ ਬੱਚੇ ਨੂੰ ਪੁਲਾ ਕੇ ਵੈੜੀ ਬੋਲਾ ਕੱਢਿਆ 16 ਕਿਲੋ। ਦੋਵਾਂ, ਯਾਨੀ ਕਿ ਦੋ ਹੀ ਚਵਾਈਆਂ ਹੋਈਆਂ ਨੇ, ਇੱਕ ਰਾਤੀ ਤੇ ਇੱਕ ਸੁਬਹ। ਇਹ ਰਾਤ ਦੀ ਸੂਈ ਹੈ ਮਾਸ਼ਾਅੱਲਾ। ਫਿਲਹਾਲ ਬੋਲੇ ਤੇ ਬੱਚੇ ਨੂੰ ਪੁਲਾ ਕੇ ਦੋ ਚਵਾਈਆਂ ਦਾ ਕੋਈ 16 ਕਿਲੋ ਬੋਲਾ ਕੱਢਿਆ। ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਮਾਸ਼ਾਅੱਲਾ, ਗਾਂ ਨੰਬਰ 1। ਠੀਕ ਹੈ ਭਾਈ ਜੰਟੋਰ ਜੀ, ਭਾਈ ਬਿਲਾਲ ਨਸਲ ਦੀ ਚੋਲਸਤਾਨੀ ਕ੍ਰਾਸ, ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਮਾਸ਼ਾਅੱਲਾ ਜੀ। ਪੁੱਠਾ ਵੀ ਦੋਸਤਾਂ ਚੈੱਕ ਕਰਾਉਣੇ ਆ, ਇਹ ਚੈੱਕ ਕਰੋ ਜੀ,
ਜੀ ਭਾਈ ਬਿਲਾਲ ਗਾਂ ਨੰਬਰ 1 ਦਾ ਰੇਟ ਰਾਤ ਭਾਈ 1 ਮਿੰਟ ਦਾ ਡਾਕਾ ਨਹੀਂ ਵੈੜੀ ਲੱਗਾ ਪੋਲੀ ਹੈ ਬਿਲਕੁਲ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਸਵੇਰ ਵੀ ਚਵਾਈ ਹੋਈ ਹੈ ਰਾਤ ਦੀ ਸੂਈ ਇੱਕ ਚਵਾਈ ਰਾਤ ਨੂੰ ਹੋਈ ਇੱਕ ਸਵੇਰ ਹੋਈ ਹੈ ਜੀ ਭਾਈ ਬਿਲਾਲ ਗਾਂ ਨੰਬਰ 1 ਦਾ ਰੇਟ ਰਾਤ ਦੇ ਵੈੜੀ ਦਾ ਬਿਲਕੁਲ ਜਾਇਜ਼ ਲਾਣਾ ਜਿਹੜੇ ਭਰਾ ਨੂੰ ਪਸੰਦ ਹੋਏ 2,50,000 ਦੀ ਵੈੜੀ ਦੇ ਦੇ ਇਹ 2.5 ਲੱਖ 2,50,000 1 ਮਿੰਟ ਦਾ ਵੈੜੀ ਨੂੰ ਡਾਕਾ ਨਹੀਂ ਲੱਗਾ ਜੀ ਗੱਲ ਹੋਈ ਗਈ ਸੱਚੀ ਹੋਈ ਗਈ ਅੱਗੇ ਭਾਈ ਲਿਆਓ ਜੀ ਗਾਂ ਨੰਬਰ 1 ਸੀ ਕੀਮਤ 2,50,000 ਅੱਗੇ ਆ ਗਈ ਹੈ ਗਾਂ ਨੰਬਰ 2 ਅਸਮ ਬੱਚੀ ਫੜ ਲੈ ਭਾਈ ਅਮਰ ਉੱਥੇ ਜ਼ਰਾ ਸਾਫ ਜਗ੍ਹਾ ਤੇ ਲਾਈਓ ਲੋ ਜੀ ਦੋਸਤੋ ਅੱਗੇ ਆ ਗਈ ਮਾਸ਼ਾਅੱਲਾ ਜੀ ਗਾਂ ਨੰਬਰ 2 ਪਿੱਛੇ ਤੇ ਵੀ ਬੱਚੀ ਖਿਲਾ ਰਹੇ ਉੱਥੇ ਭਾਈ ਹੱਥੇ ਜ਼ਰਾ ਖਿਲਾ ਰਹੀ ਜਦੋਂ ਕਹਾਂ ਤਾਂ ਫਿੱਟ ਹੋ ਰਹੇ ਲੋ ਜੀ ਦੋਸਤੋ ਅਸਮ ਭਾਈ ਜਾ ਅੱਗੇ ਕਰਨਾ ਮਿਹਰਬਾਨੀ ਤੁਹਾਡੀ ਸਰ ਹੱਥੇ ਖਿਲਾ ਰਹੇ ਲੋ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਮੁਕੰਮਲ ਨਜ਼ਾਰਾ ਕਰ ਲੈਣਾ ਗਾਂ ਨੰਬਰ 2 ਵੇ ਸੋਹਣੇ ਪਾਵਰਫੁੱਲ ਮੱਝਾਂ ਵਾਲੇ ਥਣ ਲੱਗੇ ਨੇ ਤੇ ਮੌਸਮ ਦੇ ਮੁਤਾਬਕ ਇਹ ਗਰਮੀ ਵੀ ਨਹੀਂ ਕਰੇਦੀ ਦੁੱਧ ਸਫੇਦ ਹੀ ਹੈ ਦੁੱਧ ਚਿੱਟਾ ਜਰਸੀ ਦਾ ਹੁੰਦਾ ਚਿੱਟਾ ਠੀਕ ਹੈ ਚੈੱਕ ਕਰ ਲਓ ਮਾਸ਼ਾਅੱਲਾ ਜੀ ਗਾਂ ਨੰਬਰ 2 ਕਿਨਵਾ ਸੂਆ ਰਾਤ ਭਾਈ ਦੂਸਰਾ ਸੂਆ ਮਾਸ਼ਾਅੱਲਾ ਜਿਹੜੀ ਪਿੱਛੇ ਚੀਜ਼ ਉਹ ਵੀ ਬੜੀ ਪਿਆਰੀ ਭਾਈ ਇਹ ਚਿਹਰਾ ਤਾਂ ਸਾਹਮਣੇ ਕਰੇਗੀ ਲਓ ਦੋਸਤੋ ਚੈੱਕ ਕਰੋ ਪਿੱਛੇ ਬੱਚੀ ਬੱਚੀ ਦਾ ਚਿਹਰਾ ਵੀ ਵੇਖ ਲੈਣਾ ਮਾਸ਼ਾਅੱਲਾ ਜੀ ਗਾਂ ਨੰਬਰ 2 ਵੇ ਕਿਦਨ ਦੀ ਸੂਈ ਹੈ ਤੇ ਕਿਨਵਾ ਸੂਆ ਭਾਈ ਜਾ ਅੱਗੇ ਕਰਕੇ ਟੋਰੋ ਉੱਧਰ ਇਹ ਹੋ ਗਿਆ ਤੀਸਰਾ ਦਿਨ ਵੈੜੀ ਨੂੰ ਤੇ ਸੂਆ ਕਿਨਵਾ ਦਾ ਦੂਸਰਾ ਸੂਆ ਵੈੜੀ ਦੂਸਰਾ ਸੂਆ ਸੂਈ ਹੈ ਮਾਸ਼ਾਅੱਲਾ ਟੋਰ ਦੋਸਤਾਂ ਵੇਖ ਲੈਣੀ ਲਿਬਾਸ ਚੈੱਕ ਕਰਨਾ ਮਾਸ਼ਾਅੱਲਾ ਜੀ ਫਿਲਹਾਲ ਬੋਲੇ ਤੇ ਵੇ ਤੀਸਰਾ ਦਿਨ ਸੋਇਆ ਤੇ ਬਿਲਾਲ ਭਾਈ ਕਿੰਨਾ ਦੇ ਕੋਲ ਬੋਲਾ ਮਾਸ਼ਾਅੱਲਾ ਇਹਦੇ ਕੋਲ ਇਸ ਟਾਈਮ ਜਿਹੜਾ ਹਾਲ ਮੋਕਾ 13 ਕਿਲੋ ਬੋਲਾ ਵੈੜੀ ਦੇ ਟੋਟਲ ਬੱਚੇ ਸਮੇਤ ਜਾਂ ਬੱਚੇ ਨੂੰ ਪਲਾਸ ਸਮੇਤ ਠੀਕ ਹੈ ਦੋਵਾਂ ਟਾਈਮਾਂ ਦਾ ਟੋਟਲ 100 ਸੀਲ ਇਹ ਚੈੱਕ ਕਰ ਲਓ ਮਾਸ਼ਾਅੱਲਾ ਨਸਲ ਕੀ ਦਸੀ ਜਰਸੀ ਹਾਂਜੀ ਚੌਲਸਤਾਨੀ ਕ੍ਰਾਸ ਹੈ ਠੀਕ ਹੈ ਜਰਸੀ ਤੇ ਚੌਲਸਤਾਨੀ ਕ੍ਰਾਸ ਜੀ ਭਾਈ ਬਿਲਾਲ ਗਾਂ ਨੰਬਰ 2 ਦਾ ਰੇਟ ਚੱਲਦਾ ਇਹਦਾ ਵੀ ਰੇਟ ਬਿਲਕੁਲ ਜਾਇਜ਼ ਤੇ ਮੁਨਾਸਬ ਹੈ 1,95,000 ਰੁਪਏ ਦੀ ਵੈੜੀ ਦੇਣੀ 1,95,000 ਠੀਕ ਹੈ ਲੋ ਜੀ ਦੋਸਤੋ ਗਾਂ ਨੰਬਰ 2 ਸੀ ਕੀਮਤ ਡਿਮਾਂਡ 1,95,000 ਥਾਂ ਦੋਸਤਾਂ ਫਿਰ ਵੇਖ ਲੈਣਾ ਮਾਸ਼ਾਅੱਲਾ ਪਿੱਛੇ ਦੇ ਬੱਚੀ ਦੋਸਤਾਂ ਨੂੰ ਵੀ ਚੈੱਕ ਕਰਾਈਏ ਤੇ ਦੂਸਰਾ ਸੋਇਆ 3 ਦਿਨ ਹੋਏ ਨੇ ਸੋਇਆ ਅੱਗੇ ਭਾਈ ਅਮਰ ਲਾਓ ਜੀ ਗਾਂ ਨੰਬਰ 3 ਟੋਟਲ 9 ਗਾਵਾਂ ਨੇ ਅੱਗੇ ਆ ਗਈ ਹੈ ਜੀ ਗਾਂ ਨੰਬਰ 3 ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਸਿਹਤ ਚੰਗੀ ਇਹ ਗੱਬਣ ਹਾਂਜੀ ਗੱਬਣ ਠੀਕ ਹੈ ਲੋ ਜੀ ਦੋਸਤੋ ਮੁਕੰਮਲ ਨਜ਼ਾਰਾ ਕਰਨਾ ਹੈ ਸਿਹਤ ਦੀ ਵੇਖਣੀ ਸਰਾ ਸਾਹਿਬ ਜੀ ਸਰ ਬਸ 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 ਇਹ ਗਾਵਾਂ ਹੁਣ ਸੂਈਆਂ ਗਾਵਾਂ ਇਹ ਸੂਈਆਂ ਗਾਵਾਂ ਦਾ ਹੋ ਗਿਆ ਸੂਆ ਬੜਾ ਘੱਟ ਆ ਸਾਰਿਆਂ ਨੂੰ ਪਤਾ ਸਾਰੇ ਮੁਲਕ ਨੂੰ ਪਤਾ ਕਿ ਅੱਜ ਕੱਲ੍ਹ ਸੂਆ ਘੱਟ ਜਾਂਦਾ ਇਹ ਤਾਂ ਮੈਂ ਸੂਣ ਵਾਲੀ ਗਾਵਾਂ ਲੈ ਤੁਹਾਨੂੰ ਪਤਾ ਮੈਂ 12 ਮਹੀਨੇ ਸੂਈਆਂ ਹੀ ਮਾਈਆਂ ਗਾਈਆਂ ਰੱਖੀਆਂ ਨੇ ਕੋਈ ਨਹੀਂ ਸਰ ਤਿਆਰ ਹੀ ਨਹੀਂ ਕੋਈ 7-8 ਦਿਨ ਦੱਸ ਦੇ ਗਾਵਾਂ ਨੇ ਨਾ ਜਿੰਨੀਆਂ ਤੁਹਾਨੂੰ ਫਿਰ ਚੱਡੇ ਵੇਖਦਾ ਵੇਖਣਾ ਅਗਲੀ ਜੋ ਵੇਖਣਾ ਦੋਸਤੋ ਅਗਲੀਆਂ ਦਾ ਵੇਖਣਾ ਜੀ ਸਰ ਠੀਕ ਲੋ ਜੀ ਦੋਸਤੋ ਗਾਂ ਨੰਬਰ 3 ਨੇ ਮਾਸ਼ਾਅੱਲਾ ਜੀ ਭਾਈ ਅਮਰ ਲਿਆਓ ਜਰਾ ਲਿਆਓ ਕੀ ਗੱਲ ਹੈ ਨਾਰਾਜ਼ ਹੋ ਗਏ ਓਏ ਦੋਸਤੋ ਮੁਕੰਮਲ ਨਜ਼ਾਰਾ ਕਰ ਲੈਣਾ ਵੱਡੀ ਜਸਾਮਤ ਵਾਲਾ ਜਾਨਵਰ ਹੈ ਹਾਈਟ ਦੀ ਵੇਖ ਲੈਣੀ ਹੈ ਲਾਂ ਵੀ ਚੈੱਕ ਕਰਨੀ ਹੈ ਗੱਬਣ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਥਣ ਦੋਸਤਾਂ ਵੇਖਣੇ ਟੋਰਿਆ ਭਾਈ ਅਮਰ ਜੀ ਭਾਈ ਬਿਲਾਲ ਕਿੰਨਵਾ ਸੂਆ ਨੇ ਸੋਣਾ ਭਾਈ ਵੈੜੀ ਨੇ ਤੀਸਰਾ ਸੂਆ ਸੋਣਾ ਹੁਣ ਤੀਸਰਾ ਸੂਆ ਗਾਂ ਨੇ ਸੋਣਾ ਮਾਸ਼ਾਅੱਲਾ ਟੋਰ ਦੋਸਤਾਂ ਦੀ ਵੇਖਣੀ ਹੈ ਦਿਨ ਕਿੰਨੇ ਕੁ ਲੈਂਦੀ ਹੈ ਦਿਨ ਫਰਾਦ 8-9 ਲੈਂਦੀ 8-9 ਤੇ ਲੈਂਦੀ ਹੈ ਵੀ ਨਸਲ ਦੀ ਨਸਲ ਹੈ ਜਰਸੀ ਚੌਲਸਤਾਨੀ ਕ੍ਰਾਸ ਤੇ ਵੈੜੀ ਕੋਥੇ ਜਗ੍ਹਾ ਵੀ ਬੜੀ ਪੋਲੀ ਓਏ ਦੋਸਤੋ ਇਹ ਚੈੱਕ ਕਰੋ ਇਹ ਵੀ ਲੈ ਪੋਲੀ ਤੀਸਰਾ ਸੂਆ ਨੇ ਸੋਣਾ ਨੰਬਰ 3 ਤੇ ਚੈੱਕ ਕਰਾਨੇ ਆਪੇ ਜਰਸੀ ਚੌਲਸਤਾਨੀ ਕਾਲੇ ਥਣ ਲੱਗੇ ਨੇ ਗਾਂ ਨੰਬਰ 3 ਪੁੱਠਾ ਵੀ ਦੋਸਤਾਂ ਚੈੱਕ ਕਰ ਲੈਣਾ ਜੀ ਭਾਈ ਬਿਲਾਲ ਗਾਂ ਨੰਬਰ 3 ਦਾ ਰੇਟ ਇਹਦਾ ਰੇਟ ਬਿਲਕੁਲ ਜਾਇਜ਼ ਤੇ ਮੁਨਾਸਬ ਹੈ 2,55,000 ਰੁਪਏ ਦੀ ਵੈੜੀ ਦੇ 2,55,000 ਠੀਕ ਹੈ ਅੱਗੇ ਭਾਈ ਲਿਆਓ ਜੀ ਗਾਂ ਨੰਬਰ 3 ਸੀ ਸਾਹਿਬ ਇਹ ਤੇ ਇਹ ਇਹ ਦੋਏ ਪੁੱਛਦੀਆਂ ਨੇ ਬੰਦੇ ਬੰਦੇ ਕੋ ਮੂੰਹ ਆ ਕੇ ਦੁੱਧ ਕਿੰਨਾ ਮੂੰਹ ਦੇ ਚੱਡੇ ਵਿਖਾ ਦੇ ਤਾਂ ਗਾਵਾਂ ਯਕੀਨ ਕੋ ਜਿੰਨਾ ਕੋ ਲਈਆਂ ਨਾ ਉਹਨਾਂ ਕਹਿੰਦਾ ਮੂੰਹ ਪੁੱਛਦੀਆਂ ਨੇ ਕਿ ਦੁੱਧ ਕਿੰਨਾ ਦੇ ਇਹ ਤੋਏ ਜ਼ਿੰਦਾਬਾਦ ਜਾਂ ਖਾ ਤੂੰ ਜੀ ਇਹ 12 13 14 15 15 ਕਿਲੋ ਵਾਲੀਆਂ ਨੇ ਉਹ ਜੇ ਦੋਏ ਪੁੱਛਦੀਆਂ ਨੇ 20 ਤੋਂ ਉੱਤੇ ਉੱਤੇ ਇਨਸ਼ਾਅੱਲਾ ਨਾ ਦੁੱਧ 24 ਹੋਵੇ 25 ਹੋਵੇ 30 ਹੋਵੇ ਇਹ ਇਹ ਦੂਆਂ ਵੈੜੀਆਂ ਠੀਕ ਅੱਗੇ ਆ ਗਈ ਜੀ ਗਾਂ ਨੰਬਰ 4 ਲੋ ਜੀ ਦੋਸਤੋ ਥਾਣੇ ਤੇ ਵੇਖ ਲੈਣੇ ਲਿਬਾਸ ਸੋਹਣਾ ਕੀਤਾ ਆ ਵੀ ਗੱਬਣ ਨੇ ਮਾਸ਼ਾਅੱਲਾ ਲਿਬਾਸ ਦੋਸਤਾਂ ਨੂੰ ਚੈੱਕ ਕਰਾ ਦੇਣੇ ਗੱਬਣ ਨੇ ਭਾਈ ਬਿਲਾਲ ਠੀਕ ਐ ਚੈੱਕ ਕਰ ਲਓ ਮਾਸ਼ਾਅੱਲਾ ਚਿਹਰੇ ਦੀ ਖੂਬਸੂਰਤੀ ਵੇਖ ਲੈਣੀ ਹੈ ਗਾਂ ਨੰਬਰ 4 ਮੁਕੰਮਲ ਨਜ਼ਾਰਾ ਕਰਨਾ ਟੋਰੇ ਭਾਈ ਅਮਰ
ਲੋਏ ਦੋਸਤੋ ਟੋਲਦਾਰਾ ਦੀ ਚੈੱਕ ਕਰਨੀ ਮਾਸ਼ਾਅੱਲਾ ਮੁਕੰਮਲ ਨਜ਼ਾਰਾ ਕਰਨੇ ਦਾ ਲਿਬਾਸ ਸੋਹਣਾ ਕੀਤਾ ਇਹ ਪੁੱਠਾ ਵੀ ਦੋਸਤਾਂ ਚੈੱਕ ਬਾਸ ਲੈ ਮਾਸ਼ਾਅੱਲਾ ਵੈੜੀ ਕੱਚੀ ਹੈ ਬੜਾ ਲਿਬਾਸ ਦਿਨ ਕਿੰਨੇ ਕੁ ਲੈਂਦੀ ਹੈ ਬਈ ਦਿਨ ਭਰਾ ਦੇ 10 ਕੁ ਲੈਂਦੀ ਹੈ ਪੁੱਠਾ ਵੀ ਦੋਸਤਾਂ ਚੈੱਕ ਕਰ ਲੈਣਾ 10 ਕੁ ਦਿਨ ਲੈਂਦੀ ਹੈ ਵੀ ਕਿੰਨਵਾਂ ਸੁਆ ਨੇ ਸੋਹਣਾ ਦਿਨ ਭਰਾ ਇਹਨੇ ਦੂਸਰਾ ਸੁਆ ਸੋਹਣਾ ਭਰਾ ਦੂਸਰਾ ਸੁਆ ਸੋਹਣਾ ਕੋਈ 10 ਕੁ ਦਿਨ ਲੈਂਦੀ ਹੈ ਵੀ ਨੰਬਰ 4 ਤੇ ਚੈੱਕ ਕਰਾਉਂਦੇ ਹਾਂ ਵੀ ਖੂਬਸੂਰਤੀ ਵੇਖਣੀ ਮਾਸ਼ਾਅੱਲਾ ਚੀਜ਼ ਜਿੰਨੀ ਵੀ ਨਫੀਸ ਤੇ ਪਿਆਰੀ ਮਾਸ਼ਾਅੱਲਾ ਚਿਹਰੇ ਦੀ ਖੂਬਸੂਰਤੀ ਵਿਖਾਉਂਦੇ ਹਾਂ ਪ੍ਰਿੰਟ ਵੀ ਚੈੱਕ ਕਰ ਲੈਣਾ ਮਾਸ਼ਾਅੱਲਾ ਜੀ ਲੋਈ ਦੋਸਤੋ ਗਾਂ ਨੰਬਰ 4 ਸੀ ਥਾਣੇ ਇੱਕ ਦਫ਼ਾ ਫਿਰ ਵੇਖ ਲੈਣਾ ਠੀਕ ਹੈ ਭਾਈ ਅਮਰ ਲਿਆਓ ਜੀ ਗਾਂ ਨੰਬਰ 4 ਦੂਸਰਾ ਸੂਆ ਸੋਹਣਾ ਦਿਨ ਕੋਈ 10 ਕੁ ਲੈਂਦੀ ਹੈ ਬਈ ਨੰਬਰ 4 ਤੇ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਆਹ ਚੈੱਕ ਕਰਾਉਣਾ ਸਰ ਜੀ ਭਾਈ ਬਿਲਾਲ ਇਹ ਗਾਂ ਨੰਬਰ 4 ਦਾ ਰੇਟ ਮਾਸ਼ਾਅੱਲਾ ਗਾੜੀ ਵਾ ਭਰਾਉਣ ਥੱਲੋਂ ਬਹੁਤ ਭੋਲੀ ਇੱਕ ਵਾਰੀ ਚੱਡਾ ਭਰਾਉਣ ਮਾਸ਼ਾਅੱਲਾ ਵਹਾ ਦੇ ਬੜੀ ਖੂਬਸੂਰਤ ਤੇ ਚੀਜ਼ ਹੈ 2,25,000 ਸਵਾ 2 ਲੱਖ ਲੋ ਜੀ ਦੋਸਤੋ ਬਿਲਾਲ ਸਾਹਿਬ ਦੀ ਖਵਾਇਸ਼ ਪੂਰੀ ਕਰਨੀ ਹੈ ਲਿਬਾਸ ਇੱਕ ਦਫ਼ਾ ਚੱਡਾ ਦੋਸਤਾਂ ਚੈੱਕ ਕਰਾ ਦੇਣੀ ਹੈ ਕੀਮਤ 2,25,000 ਨੰਬਰ 4 ਤੇ ਚੈੱਕ ਕਰਾਈਏ ਮਾਸ਼ਾਅੱਲਾ ਮੁਕੰਮਲ ਨਜ਼ਾਰਾ ਕਰ ਲੈਣਾ ਗਾਂ ਨੰਬਰ 4 ਸੀ ਅੱਗੇ ਆ ਗਈ ਹੈ ਜੀ ਗਾਂ ਨੰਬਰ 5 ਠੀਕ ਹੈ ਭਾਈ ਲੈ ਆਵੋ ਜੀ ਹਾਈਟ ਦੀ ਵੇਖ ਲੈਣੀ ਕੱਦ ਸੋਹਣਾ ਪ੍ਰਿੰਟ ਵੀ ਦੋਸਤਾਂ ਰੱਬ ਦਿੰਦਾ ਨਾ ਅਸੀਂ ਵੀ ਉਂਝ ਹੀ ਦਿੰਦੇ ਹਾਂ ਜ਼ਿੰਦਾਬਾਦ ਸਰ ਫੇਰ ਹੀ ਲਾਈ ਜ਼ਬਰਦਸਤ ਅੱਗੇ ਆ ਗਈ ਜੀ ਗਾਂ ਨੰਬਰ 5 ਲੋ ਦੋਸਤੋ ਮੁਕੰਮਲ ਨਜ਼ਾਰਾ ਕਰਨਾ ਹਾਈਟ ਚੰਗੀ ਹੈ ਕਿੰਨਵਾਂ ਸੋਇਆ ਦਾ ਰਾਜ ਇਹ ਵੈੜੀ ਦੂਸਰਾ ਸੋਇਆ ਸੋਨਾ ਜਿੰਨੀ ਹੈ ਮਾਸ਼ਾਅੱਲਾ ਸੁਥਰੀ ਠੀਕ ਹੈ ਮਾਸ਼ਾਅੱਲਾ ਇਹ ਚੈੱਕ ਕਰੋ ਜੀ ਦੂਸਰਾ ਸੋਇਆ ਨੇ ਸੋਣਾ ਇਹ ਹਲੇ ਕੱਚੀ ਹੈ ਕਿੰਨੇ ਕੁ ਦਿਨ ਲੈਂਦੀ ਹੈ ਦਿਨ ਫਰਾਦ ਦੇ 8 ਤੋਂ 9 ਲੈਂਦੀ ਠੀਕ ਹੈ 8 ਤੋਂ 9 ਦਿਨ ਲੈਂਦੀ ਹੈ ਵੀ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਪੁੱਠਾ ਵੀ ਚੈੱਕ ਕਰ ਲੈਣਾ ਇਹ ਚੈੱਕ ਕਰੋ ਜੀ ਥਣ ਵੀ ਕਾਲਾ ਠੀਕ ਹੈ ਦੂਸਰਾ ਸੋਇਆ ਨੇ ਸੋਣਾ ਮਾਸ਼ਾਅੱਲਾ ਜੀ ਗਾਂ ਨੰਬਰ 5 ਮੁਕੰਮਲ ਹਾਈਟ ਦੀ ਵੇਖ ਲੈਣੀ ਹੈ ਮਾਸ਼ਾਅੱਲਾ ਪ੍ਰਿੰਟ ਦੋਸਤਾਂ ਵੇਖ ਲੈਣਾ ਜੀ ਭਾਈ ਬਿਲਾਲ ਕੀ ਨਸਲ ਇਹਦੀ ਫਿਲਹਾਲ ਤਾਂ ਇਹ ਜਰਸੀ ਦੇ ਚੌਲਸਤਾਨੀ ਕਰਾਸ ਥੱਲੇ ਵਾੜੀ ਕੋਈ ਜਗ੍ਹਾ ਬੜੀ ਠੀਕ ਮਾਸ਼ਾਅੱਲਾ ਇਹ ਚੌਲਸਤਾਨੀ 'ਚ ਆ ਗਈ ਜਰਸੀ ਅਤੇ ਚੌਲਸਤਾਨੀ ਕਰਾਸ ਬਰੀਡ ਦੀ ਇਹ ਚੈੱਕ ਕਰੋ ਜੀ ਵੇਖੋ ਇਹ ਜਿਹੜੀਆਂ ਵੈੜੀਆਂ ਵੇਖੀਆਂ ਦੁੱਧ ਚੋਰੀ ਜਾਓ ਪਹਿਲੇ ਵੈੜੀਆਂ ਦੂਜਾ ਵੈੜੀ ਚੋਰੀ ਦੂਸਰਾ ਚੰਗਾ ਮਾਸ਼ਾਅੱਲਾ ਪ੍ਰਿੰਟ ਦੇ ਵੈੜੀ ਜੀ ਭਾਈ ਬਿਲਾਲ ਗਾਂ ਨੰਬਰ 5 ਦਾ ਰੇਟ ਇਹ ਵੀ ਜਿਹੜੇ ਭਰਾ ਪਸੰਦ ਦਾ ਰੇਟ ਬਿਲਕੁਲ ਅਨੁਕੂਲ ਹੈ 2,05,000 ਰੁਪਏ ਦੀ ਗਾੜੀ 2,05,000 ਨੰਬਰ 5 ਤੇ ਚੈੱਕ ਕਰਾਈਏ 2,05,000 ਅੱਗੇ ਆ ਗਈ ਹੈ ਜੀ ਗਾਂ ਨੰਬਰ 6 ਲਾ ਰਹੇ ਭਾਈ ਜਾਨ ਲੋ ਜੀ ਦੋਸਤਾਂ ਚੈੱਕ ਕਰ ਲਓ ਮਾਸ਼ਾਅੱਲਾ ਜੀ ਗਾਂ ਨੰਬਰ 6 ਸਿਹਤ ਦੀ ਵੇਖ ਲੈਣੀ ਹੈ ਪ੍ਰਿੰਟ ਚੈੱਕ ਕਰਨਾ ਹੈ ਅਭੀ ਗੱਪਾਂ ਨੇ ਥਣ ਸੋਹਣੇ ਲੱਗੇ ਨੇ ਪਾਵਰਫੁੱਲ ਹਲੇ ਕੱਚੀ ਹੈ ਸ਼ਰਾਫਤ ਵੀ ਵੇਖਣੀ ਹੈ ਹਾਲਾਂਕਿ ਬਲਾਲ ਸਾਹਿਬ ਸ਼ਰੀਫ ਗਾਂ ਵੀ ਜਦੋਂ ਛੇੜ ਦੇਣ ਨਾ ਫਰੀਜ਼ੀਅਨ ਤੇ ਚੌਲਸਤਾਨੀ ਕਰਾਸ ਫਰੀਜ਼ੀਅਨ ਤੇ ਚੌਲਸਤਾਨੀ ਕਰਾਸ ਲਓ ਜੀ ਦੋਸਤੋ ਆ ਚੈੱਕ ਕਰ ਲਓ ਜੀ ਭਾਈ ਬਿਲਾਲ ਗਾਂ ਨੰਬਰ 6 ਦਾ ਰੇਟ ਬਿਲਾਲ ਤੇ ਇਹਦਾ ਵੀ ਬਿਲਕੁਲ ਜਾਇਜ਼ ਜਿਹਾ ਰੇਟ 2,05,000 ਰੁਪਏ 2,05,000 ਠੀਕ ਹੈ ਅੱਗੇ ਭਾਈ ਲੈ ਆਓ ਜੀ ਗਾਂ ਨੰਬਰ 6 ਸੀ ਕੀਮਤ 2,05,000 ਅੱਗੇ ਆ ਗਈ ਜੀ ਨੰਬਰ 7 ਭਾਈ ਅਮਰ ਲੈ ਆਓ ਪਿਓਰ ਜਰਸੀ ਮਾਸ਼ਾਅੱਲਾ ਹੈ ਕੱਚੀ ਹੈ ਨਿਵੜੀ ਹੈ ਲਾ ਰਿਓ ਜੀ ਲਓ ਜੀ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਨੰਬਰ 7 ਆ ਗਈ ਇਹ ਲੋਮ ਦੀ ਚੈੱਕ ਕਰ ਲੈਣੀ ਹੈ ਮੁਕੰਮਲ ਨਜ਼ਾਰਾ ਕਰ ਲੈਣਾ ਤੁਹਾਨੂੰ ਦੋਸਤਾਂ ਚੈੱਕ ਕਰਾਉਂਦੇ ਹਾਂ ਮਾਸ਼ਾਅੱਲਾ ਹਲੇ ਕੱਚੀ ਗੱਬਣ ਕਿੰਨਵਾਂ ਸੁਆ ਦਾ ਫਿਰ ਇਹਦਾ ਵੀ ਵੈੜੀ ਦਾ ਦੂਸਰਾ ਸੁਆ ਸੋਹਣਾ ਠੀਕ ਹੈ ਦੂਸਰਾ ਸੁਆ ਨੇ ਸੋਹਣਾ ਖਿਲਾ ਰਿਹਾ ਭਾਈ ਖਿਲਾ ਰਿਹਾ ਲੋ ਜੀ ਦੋਸਤਾਂ ਚੈੱਕ ਕਰ ਲਓ ਮਾਸ਼ਾਅੱਲਾ ਜੀ ਮੂੰਹ ਛੱਡ ਦੇ ਮੂੰਹ ਦਾ ਦੂਸਰਾ ਸੁਆ ਹਾਂਜੀ ਠੀਕ ਹੈ ਭਾਈ ਲੈ ਆਓ ਜੀ ਇਹ ਦਿਨ ਕਿੰਨੇ ਕੁ ਲੈਂਦੀ ਹੈ 8 ਕੁ ਲੈਂਦੀ ਹੈ ਨੰਬਰ 7 ਤੇ ਚੈੱਕ ਕਰਾਉਂਦੇ ਹਾਂ ਵੀ ਮਾਸ਼ਾਅੱਲਾ ਜੀ ਥਾਨ ਦੋਸਤਾਂ ਵੇਖ ਲੈਣੇ ਨੇ ਦੂਸਰਾ ਸੁਆ ਨੇ ਸੋਹਣਾ ਨਸਲ ਦੀ ਭਾਈ ਬਿਲਾਲ ਜਰਸੀ ਤੇ ਚੌਲਸਤਾਨੀ ਕਰਾਸ ਗਾਂ ਨੰਬਰ 7 ਉਹ ਜੀ ਦੋਸਤੋ ਟੋਰ ਦੀ ਵੇਖ ਲੈਣੀ ਮੁਕੰਮਲ ਨਜ਼ਾਰਾ ਕਰਨਾ ਮਾਸ਼ਾਅੱਲਾ ਇਹ ਚੈੱਕ ਕਰ ਲਓ ਜੀ ਭਾਈ ਬਿਲਾਲ
ਕਿੰਨੀ ਕੀਮਤ ਪੈਕੇਜ ਦੀ? ਪੈਕੇਜ ਦੀ 1,70,000 ਰੁਪਏ। ਪੈਕੇਜ 1,65,000 ਦਾ ਗਾਂ ਨੰਬਰ 8। ਮਾਸ਼ਾਅੱਲਾ ਜੀ, ਮੁਕੰਮਲ ਤਸੱਲੀ ਕਰਾਉਂਦੇ ਹਾਂ ਤੁਹਾਨੂੰ, ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ। ਭਾਈ ਅਮਰ ਸਾਹਿਬ ਇੱਧਰ ਖਿਲਾ ਰਹਾ, ਸਿੱਧੀ ਕਰਕੇ ਚਿਹਰਾ ਵੀ ਇਹਦਾ ਚੈੱਕ ਕਰਾਓ ਤੇ ਆਪਣਾ ਵੀ ਕਰਾਇਓ। ਕਿਨਵਾ ਸੋਇਆ ਦਾ ਜਦੋਂ ਬਾਰਿਸ਼ ਆਉਂਦੀ ਉਦੋਂ ਰੱਬ ਬੜਾ ਖੁਸ਼ ਹੁੰਦਾ, ਜੋ ਮਹਿਮਾਨ ਹੁੰਦਾ ਉਦੋਂ ਬੜਾ, ਜਦੋਂ ਬੇਟੀ ਦਾ ਅੱਲਾ ਤਾਲਾ ਦੇਣਾ ਉਦੋਂ ਤਾਂ ਸੀਰ ਖੁਸ਼ ਹੁੰਦਾ ਨਾ। ਫਿਰ ਰੱਬ ਨੇ ਇਹਨੂੰ ਬੇਟੀ ਦਿੱਤੀ ਹੈ, ਰੱਖਿਆ ਮੇਰੀ ਬੇਟੀ ਨੇ ਸੀਰਤ ਫਾਤਮਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਅੱਲਾ ਜ਼ਾਤ ਨਸੀਬ ਅੱਛੇ ਕਰੇ ਜੀ, ਬਿਲਕੁਲ ਅੱਛੀ ਗੱਲ ਹੈ ਜੀ। ਉਹਨੇ ਨਾਂ ਰੱਖਿਆ ਦਾ ਸੀਰਤ ਫਾਤਮਾ। ਦੋਸਤੋ, ਗਾਂ ਨੰਬਰ 8, ਦੂਸਰਾ ਸੁਆ ਸੋਹਣਾ ਹੈ ਮਾਸ਼ਾਅੱਲਾ ਜੀ, ਕੋਈ 8 ਕੁ ਦਿਨ ਲੈਂਦੀ ਹੈ ਵੀ, ਕੀਮਤ ਦੀ 1,65,000। ਅੱਗੇ ਲੈ ਆਵੋ ਜੀ ਅੱਜ ਦੀ ਵੀਡੀਓ ਦੀ ਹੀਰੋ ਸੂਬੇਦਾਰ ਸਾਹਿਬ ਦੱਸਿਆ ਜੀ ਐਂਡ ਤੇ ਇਨਸ਼ਾਅੱਲਾ ਸ਼ੋਕਰਾਂ ਦੇ ਆ ਗਈ ਇਹ ਤੋਹਫਾ ਜੀ ਮਾਸ਼ਾਅੱਲਾ ਜੀ। ਹੀਰੋ ਵੀ ਇੱਕ ਹੋਣੀ ਚਾਹੀਦੀ ਹੈ ਨਾ, ਹੀਰੋ ਅੱਜ ਦੀ ਵੀਡੀਓ ਦੀ ਹੀਰੋ, ਮੇਮ ਤਾਂ ਨਹੀਂ ਕਹਿਣਾ, ਮੇਮ ਨਹੀਂ, ਮੇਮ ਤੋਂ ਵੱਧ ਦੇ। ਓਏ ਦੋਸਤੋ, ਆ ਚੈੱਕ ਕਰੋ ਮਾਸ਼ਾਅੱਲਾ ਜੀ, ਗਾਂ ਨੰਬਰ 9 ਆ ਵੀ ਕੱਬਾ ਨੇ, ਠੀਕ ਹੈ। ਕਿਨਵਾ ਸੁਆ ਫਰਾਜ਼ ਭਾਈ, ਦੂਸਰਾ ਸੁਆ ਬੈਠ ਜੀ, ਆਹ ਚੈੱਕ ਕਰੋ ਮਾਸ਼ਾਅੱਲਾ। ਸੂਬੇਦਾਰ ਸਾਹਿਬ ਕੀ ਗੱਲ ਹੈ, ਜਿਹਨੂੰ ਤੁਸੀਂ ਹੱਥ ਲਾਉਂਦੇ ਹੋ ਬਿਲਕੁਲ ਨਹੀਂ ਹਿਲਦੀ, ਇਹ ਕਿ ਕੋਈ ਦਮ ਕੀਤਾ ਹੈ? ਦਮ ਨਹੀਂ, ਤਜਰਬਾ ਜ਼ਿੰਦਾਬਾਦ। ਕੱਲ੍ਹ ਮੈਂ ਬੱਚੇ ਲੈਣ ਗਿਆ, ਯਕੀਨ ਕਰੋ ਮੁੰਡੇ ਨੂੰ, ਮੈਂ ਕਿਹਾ ਉਹ ਮੇਰੇ ਵੱਡੇ ਭਰਾ ਲੰਮਾ ਟ੍ਰੇਨ ਦੀ, ਚਲੋ ਨਾ ਮੁੰਡਾ ਬਣਾਉਂਦਾ ਨਾ, ਚਲੋ ਜੀ ਮਾਂ ਦੀ ਦੁਆ ਚ ਬਾਤ ਠੀਕ ਹੈ, ਜ਼ਿਆਦਾ ਰਹਿਣ ਠੀਕ ਹੈ। ਲਓ ਜੀ ਦੋਸਤ, ਇਹ ਗਾਂ ਨੰਬਰ 9 ਮਾਸ਼ਾਅੱਲਾ, ਤੁਹਾਨੂੰ ਦੋਸਤਾਂ ਵੇਖਣੇ ਨੇ, ਇਹ ਚੈੱਕ ਕਰੋ ਜੀ। ਭਾਈ ਲਿਆਓ ਜੀ, ਭਾਈ ਇਹਨਾਂ ਦਾ ਨਾਂ ਕੀ? ਆਸਮ, 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 ਆਸਮ। ਆਓ ਭਾਈ ਆਸਮ ਇੱਧਰ ਲਿਆਓ ਜ਼ਰਾ, ਨਵੇਂ ਭਰਤੀ ਹੋਏ ਨੇ ਬਾਈ ਜੀ, ਨਵੇਂ ਭਰਤੀ ਹੋਏ ਮਾਸ਼ਾਅੱਲਾ, ਵੈਸੇ ਕਰਾਉਂਦੇ ਨੇ ਬਤਾਈਆਂ ਕੱਦ ਗਾਟ ਲੰਬਾਈ। ਓਏ ਦੋਸਤਾਂ, ਚੈੱਕ ਕਰੋ ਜੀ ਅੱਜ ਦੀ ਵੀਡੀਓ ਦੀ ਹੀਰੋ, ਟੋਰ ਦੀ ਵੇਖਣੀ ਹੈ। ਸੂਬੇਦਾਰ ਸਾਹਿਬ ਕਹਿੰਦੇ ਨੇ ਜਦੋਂ ਵੀ ਕੋਈ ਮਰਿਆ ਟੋਰ ਤੇ ਮਰਿਆ ਤੇ ਗਾਂ ਦੀ ਟੋਰ ਵੇਖ ਕੇ ਕਮੈਂਟ ਕਰਕੇ ਦੱਸਣਾ ਕਿ ਟੋਰ ਵਾਕਈ ਮਜ਼ੇ ਵਾਲੀ ਹੈ ਕਿ ਨਹੀਂ। ਓਏ ਦੋਸਤੋ, ਨੰਬਰ 9 ਤੇ ਚੈੱਕ ਕਰਾਉਂਦੇ ਆ ਵੀ ਖਿਲਾਰੇ ਭਾਈ ਜਾਨ, ਇਹ ਚਿਹਰਾ ਵੀ ਦੋਸਤਾਂ ਨੂੰ ਚੈੱਕ ਕਰਾ ਦਿੰਦੇ ਆ, ਪੂਰੀ ਨਸਲੀ ਤੇ ਅਸਲੀ ਗਾਂ ਵੇ। ਕਿਨਵਾ ਸੋਇਆ ਦਾ ਦੂਸਰਾ ਸੂਆ ਨੇ ਸੋਹਣਾ, ਸੋਹਣੇ ਪਾਵਰਫੁਲ ਥਣ ਲੱਗੇ ਨੇ ਤੇ ਸੋਹਣੀਆਂ ਵਿਰਲਾਂ ਤੇ, ਜਿੰਨੇ ਵੀ ਜਾਨਵਰ ਚੈੱਕ ਕਰਾਏ ਨੇ ਸਾਰਿਆਂ ਦੇ ਥਣ ਮਾਸ਼ਾਅੱਲਾ ਜੀ ਅੱਛੇ ਸਨ। ਥਣ ਦੋਸਤਾਂ ਵੇਖ ਲੈਣੇ ਨੇ, ਦੂਸਰਾ ਸੂਆ ਸੋਹਣਾ। ਦਿਨ ਕਿੰਨੇ ਕੁ ਲੈਂਦੀ ਹੈ? 4-5 ਲੈਂਦੀ ਹੈ, ਠੀਕ ਹੈ, 4-5 ਦਿਨ ਲੈਂਦੀ ਹੈ ਭਾਈ। ਦੂਸਰਾ ਸੂਆ ਸੋਹਣਾ ਮਾਸ਼ਾਅੱਲਾ ਜੀ, ਨਸਲ ਜੀ ਭਾਈ ਬਿਲਾਲ, ਫਰੀਜ਼ੀਅਨ ਤੇ ਜਰਸੀ ਕ੍ਰਾਸ ਬਰੀਡ ਅੱਛੀ ਹੈ, ਕ੍ਰਾਸ ਠੀਕ ਹੈ। ਲਿਬਾਸ ਦੋਸਤਾਂ ਫਿਰ ਵੇਖ ਲੈਣ, ਠੀਕ ਹੈ ਭਾਈ ਖਿਲਾਰੋ, ਉੱਥੇ ਰੇਟ ਲਵਾਈਏ ਤੇ ਨਾਲ ਹੀ ਇੱਥੋਂ ਬੱਚੇ ਚੈੱਕ ਕਰਾਈਏ ਜੀ। ਭਾਈ ਬਿਲਾਲ, ਗਾਂ ਨੰਬਰ 9 ਦਾ ਰੇਟ? ਇਹਦਾ ਰੇਟ ਬਿਲਕੁਲ ਜਾਇਜ਼ ਹੈ, 3,15,000 ਰੁਪਏ ਦੀ ਗੱਡੀ, 3,15,000, ਠੀਕ ਹੈ ਜੀ। ਗਾਂ ਨੰਬਰ 9 ਦੀ ਕੀਮਤ 3,15,000, ਜਰਸੀ ਫਰੀਜ਼ੀਅਨ ਮਾਸ਼ਾਅੱਲਾ ਮੁਕੰਮਲ ਕਰਾਈਏ। ਦੂਸਰਾ ਸੁਆ ਸੋਹਣਾ ਗੱਬਣ,
ਅੱਗੇ ਬੱਚੇ ਨੇ ਜੀ ਟੋਟਲ 7 ਇੱਕ ਇੱਕ ਕਰਕੇ ਰਹਿਮਾਨ ਰਹਿਮ ਪੜ੍ਹ ਕੇ ਬਰਾ ਸ਼ੁਰੂ ਕਰਨਾ। ਠੀਕ ਹੈ ਸਰ। ਬੱਕਰੇ ਨੇ ਬੱਕਰੇ ਫੜਾ ਦੇ ਕੋਈ ਪੀੜ ਭਾਈ ਅਮਰ ਮੱਠਾ ਜਾਂ ਚੱਕਰ ਲਵਾ ਕੇ ਬੰਨ ਚੜਨਾ, ਮਕਸਦ ਇਹੀ ਹੈ ਕਿ ਜ਼ਰਾ ਦੋਸਤ ਮਹਿਰਾਨ ਐਕਟਿਵ ਹੈ। ਜ਼ਿਕਰ ਆਲਰੇਡੀ ਕੀਤਾ ਕਿ ਦੇਸੀ ਖੁਰਾਕ ਅਤੇ ਚਰਾਈ 'ਤੇ ਇਹ ਤਿਆਰ ਕੀਤੇ ਨੇ। ਇੱਥੋਂ ਸੂਬੇਦਾਰ ਸਾਹਿਬ ਨੇ ਆਪਣੇ ਕਰੀਬੀ ਇਲਾਕੇ 'ਚ ਖਰੀਦਦਾਰੀ ਕੀਤੀ ਹੈ, ਕੋਈ ਫਾਰਮ ਦੇ ਤਿਆਰ ਨਹੀਂ, ਕੋਈ ਫੀਡ ਦੇ ਤਿਆਰ ਨਹੀਂ, ਦੇਸੀ ਖੁਰਾਕ ਅਤੇ ਚਰਾਈ 'ਤੇ ਤਿਆਰ ਕਰਦਾ ਗੋਸ਼ਤ ਇਨਸ਼ਾਅੱਲਾ ਅੱਛਾ ਹੋਏਗਾ, ਚਰਬੀ ਘੱਟ ਹੋਈ ਸੀ, ਜਿਹੜੇ ਫੀਡ ਵਾਲੇ ਹੁੰਦੇ ਨੇ ਉਹਨਾਂ ਦੀ ਚਰਬੀ ਜ਼ਿਆਦਾ ਹੁੰਦੀ ਹੈ। ਭਾਈ ਅਮਰ ਪਰਲੀ ਸਾਈਡ 'ਤੇ ਹੋਣਾ ਜ਼ਰਾ ਬੱਚਾ ਪੂਰਾ ਨਜ਼ਰ ਆਏ ਜੀ। ਭਾਈ ਬਿਲਾਲ ਸਾਰੇ ਦੋ ਦੰਦ ਨੇ? ਸਾਰੇ ਦੋ ਦੰਦ। ਠੀਕ ਹੈ ਲੋਏ ਦੋਸਤੋ, ਬੰਨ ਚੈੱਕ ਕਰ ਲੈਣੀ ਚਾਹੁੰਦੇ ਦੰਦ ਫਰਾਜ਼ ਸਾਹਿਬ, ਇਹ ਨਹੀਂ ਕਿ ਨਿਕਲੇ ਨਹੀਂ ਹੈ, ਪੂਰੇ ਐਡੇ ਐਡੇ ਦੋ ਦੰਦ। ਜਿਸ ਬੰਦੇ ਦੇ ਦੋ ਦੰਦ ਨਾਲ ਮੇਰਾ ਆਉਣ ਜਾਣ ਦਾ ਕਿਰਾਇਆ ਵੀ ਮੈਂ ਦਿਆਂਗਾ ਤੇ ਬੱਚੇ ਦਾ ਰੇਟ ਵੀ ਤੇ ਉਹਦੇ ਕੋਲ ਮਾਜ਼ਦ ਵੀ ਕਰਾਂ। ਠੀਕ ਹੈ ਟੋਰੇ ਭਾਈ ਜੀ, ਠੀਕ ਹੈ ਸਾਰੇ ਨਿਕਲੇ। ਨਸਲ ਕੀ ਹੈ ਦੀ ਭਾਈ ਬਿਲਾਲ? ਸੁਬੇਦਾ ਸਾਹਿਬ ਤੁਸੀਂ ਦੱਸੋ ਦੀ ਬਿਲਾਲ ਦੱਸੇ। ਬਿਲਾਲ ਦੱਸਿਆ ਹਾਲੀ ਹੈ। ਠੀਕ ਹੈ ਦੱਸੋ ਭਾਈ ਬਿਲਾਲ। ਦੇਸੀ ਬੱਚੇ ਨੇ ਦੇਸੀ ਸਾਈਵਾਲ ਕ੍ਰਾਸ ਨੇ ਜਰਸੀ। ਸਾਈਵਾਲ ਤੇ ਦੇਸੀ ਕ੍ਰਾਸ। ਹਾਂਜੀ ਠੀਕ ਹੈ ਲੋਏ। ਠੀਕ ਹੈ ਜੀ ਭਾਈ ਬਿਲਾਲ, ਬੱਚੇ ਨੰਬਰ 1 ਦਾ ਰੇਟ ਰੇਟ ਭਰਾਵਾਂ ਵਾਸਤੇ ਫਰਾਜ਼ ਦੇ ਬਿਲਕੁਲ ਜਾਇਜ਼ ਨਾਣੇ ਭਰਾਵਾਂ ਵਾਸਤੇ ਬਿਲਕੁਲ ਮੁਨਾਸਬ ਕੀਮਤ 1,40,000 ਰੁਪਏ ਦਾ ਬੱਚੇ ਦਾ। 1,40,000। ਠੀਕ ਹੈ ਆਹ ਲੋ ਜੀ ਦੋਸਤੋ, ਇਹ ਬੱਚਾ ਨੰਬਰ 1 ਸੀ ਸਾਹੀਵਾਲ ਦੇਸੀ ਕ੍ਰਾਸ, ਕੀਮਤ 1,40,000 ਅੱਗੇ ਆ ਗਿਆ। ਬੱਚਾ ਨੰਬਰ 2 ਪ੍ਰਿੰਟਾਂ ਦਾ ਵੇਖਣਾ, ਖੂਬਸੂਰਤੀ ਚੈੱਕ ਕਰਨੀ, ਮਾਸ਼ਾਅੱਲਾ ਆ ਵੀ ਸਾਹੀਵਾਲ ਕ੍ਰਾਸ ਲੱਗਦਾ ਪਿਆ। ਠੀਕ ਹੈ ਅੱਛਾ, ਸਭ ਤੋਂ ਭਾਰਾ ਹੈ ਜੀ ਕਿ ਹੋਰ ਵੀ ਆ ਕੋਈ? ਇਹੀ ਭਾਰਾ, ਇਹੀ ਭਾਰਾ ਮਾਸ਼ਾਅੱਲਾ। ਪ੍ਰਿੰਟ ਵੀ ਸੋਹਣਾ, ਖੂਬਸੂਰਤੀ ਦੋਸਤਾਂ ਵੇਖਣੀ। ਈ ਤਾਕਰ ਕੋ ਬੱਚਾ ਮੇਰੇ ਕੋਲ ਰਹਿ ਤੇ ਮੈਂ ਸ਼ੌਕ ਨਾਲ ਪੱਠੇ ਪਾਵਾਂਗਾ, ਗਾਂ ਨਹੀਂ ਮਦੀ ਰੱਖਾਂਗਾ, ਵੇਖ ਜੇ ਤੇ ਗਾਂ ਮੈਂ ਉਹਨਾਂ ਆਪਣੀ ਲੈ ਜਾ। ਬੱਚਾ ਮੇਰੇ ਕੋਲ ਮੈਂ ਐਜ਼ ਅ ਸਵਾਬ ਸਮਝ ਕੇ ਉਹਨੂੰ ਪੱਠੇ ਪਾਵਾਂਗਾ, ਉਹਨੂੰ ਵੰਡਾ ਵੀ ਪਾਵਾਂਗਾ, ਸਹੀ ਮਿਹਨਤ ਵੀ ਕਰਾਂਗਾ। ਜ਼ਬਰਦਸਤ, ਮੇਰੇ ਕੋਲ ਮਾਸ਼ਾਅੱਲਾ ਪਿੱਛੇ ਜਗ੍ਹਾ ਬੜੀ ਹੈ, ਉਧਰ ਬੱਜੇ ਰਹਿਣ। ਜ਼ਿੰਦਾਬਾਦ ਲੋਏ ਦੋਸਤੋ, ਜ਼ਿੰਦਾ ਦਿਲੀ ਮਾਸ਼ਾਅੱਲਾ ਜੀ। ਇਹ ਸੂਬੇਦਾਰ ਸਾਹਿਬ ਦੀ ਵਜ਼ਾਹਤ ਹੋ ਗਈ, ਅਗਰ ਕਿਸੇ ਦੋਸਤ ਕੋਲ ਜਗ੍ਹਾ ਦਾ ਅਰੇਂਜ ਨਹੀਂ, ਖਰੀਦਦਾਰੀ ਹੋਈ ਜਾਂਦੀ, ਸੌਦਾ ਹੋਈ ਜਾਂਦਾ ਤੇ ਇੱਥੇ ਜਗ੍ਹਾ ਦੀ ਸਹੂਲਤ ਵੀ ਮੌਜੂਦ ਹੈ। ਬੱਚਾ ਨੰਬਰ 2 ਜੀ ਭਾਈ ਅਮਰ ਚੱਕਰ ਲਵਾ ਕੇ ਲਿਆਵੋ, ਦੋ ਦੰਦ ਬੱਚਾ ਇਹ ਸਾਹੀਵਾਲ ਤੇ ਦੇਸੀ ਕ੍ਰਾਸ, ਪ੍ਰਿੰਟ ਸੋਹਣਾ, ਪੁੱਠਾ ਵੀ ਦੋਸਤਾਂ ਵੇਖ ਲੈਣਾ। ਠੀਕ ਹੈ ਭਾਈ ਅਮਰ ਲਿਆਵੋ, ਛੋਟਾ ਚੱਕਰ ਲਾਵੋ, ਢਿੱਲਾ ਆਹੋ ਇੰਜ ਜ਼ਰਾ ਲੋਏ ਦੋਸਤੋ ਜੀ ਭਾਈ ਬਿਲਾਲ, ਬੱਚੇ ਨੰਬਰ 2 ਦਾ ਰੇਟ ਜੀ ਜੀ 1,40,000। ਠੀਕ ਹੈ ਲੋਏ ਦੋਸਤੋ, 1,40,000 ਅੱਗੇ ਆ, 1,30,000 ਵਾਲੇ ਨੇ। ਠੀਕ ਹੈ ਇਹ ਜਿਹੜਾ ਬੱਚਾ ਨੰਬਰ 1 ਤੇ 2 ਇਹਨਾਂ ਦੀ ਕੀਮਤ 1,40,000 ਅੱਗੇ, ਜਿਹੜੇ ਨੰਬਰ 3 ਤੋਂ ਲੈ ਕੇ ਨੰਬਰ 7 ਤੱਕ ਨੇ। ਹੁਣ ਅੱਛਾ ਪੁੱਤਰਾਂ ਨਾਲ ਬਹੁਤੇ ਸੋਹਣੇ ਨੇ ਕਿ ਨਹੀਂ? ਸੋਹਣੇ ਨੇ ਮਾਸ਼ਾਅੱਲਾ, ਪ੍ਰਿੰਟ ਵੀ ਚੰਗੇ ਨੇ, ਸਿਹਤ ਵੀ ਅੱਛੀ ਹੈ। ਇੱਕ ਦਿਨ ਇਹਨਾਂ ਨੂੰ ਪੱਠੇ ਨਹੀਂ ਜੇ ਬਾਬੇ ਪਸ਼ੀਰ ਨੇ ਪਾਏ, ਉਹਨੇ ਕਿਹਾ ਮੈਂ ਨਹੀਂ ਜੇ ਪੱਠੇ ਪਾਏ, ਚਾਰ ਕੇ ਮੈਂ ਬੰਨੇ। ਠੀਕ ਭਾਈ ਚੱਕਰ ਲਵਾ ਕੇ ਲਿਆਓ ਲੋਏ ਦੋਸਤੋ, ਇਹ ਬੱਚਾ ਨੰਬਰ 3 ਨੇ ਮਾਸ਼ਾਅੱਲਾ, ਇਹ ਪੁੱਠਾ ਵੀ ਦੋਸਤਾਂ ਚੈੱਕ ਕਰ ਲੈਣੇ, ਹਾਈਟ ਵਗੈਰਾ ਵੇਖ ਲੈਣੀ, ਬੰਨ ਵੀ ਚੈੱਕ ਕਰਨੀ ਮਾਸ਼ਾਅੱਲਾ, ਬੰਨ ਵੇਖ ਫਿਰ ਵਹਾ ਦਿੰਦਾ, ਝਾਲਾ ਵੀ ਚੈੱਕ ਕਰ ਲੈਣੀ। ਬੱਚਾ ਨੰਬਰ 3 ਇਹ ਦੋ ਦਿਨ ਬੱਚਾ ਮਾਸ਼ਾਅੱਲਾ ਜੀ ਭਾਈ ਬਿਲਾਲ, ਬੱਚੇ ਨੰਬਰ 3 ਦਾ ਰੇਟ 1,30,000 ਇਹ ਹੁਣ ਅੱਗੇ ਜਿੰਨੇ ਵੀ ਚੈੱਕ ਕਰਾਉਂਦੇ ਆਪਾਂ 1,30,000। ਬੱਚਾ ਨੰਬਰ 3 ਸੀ, ਅੱਗੇ ਆ ਗਿਆ ਮਾਸ਼ਾਅੱਲਾ ਜੀ ਬੱਚਾ ਨੰਬਰ 4, ਅਤੇ ਟੋਟਲ ਜਿੰਨੇ ਵੀ 7 ਬੱਚੇ ਨੇ 2 ਦੰਦ ਹੁੰਦੇ, ਸੂਬੇਦਾਰ ਸਾਹਿਬ ਵਜ਼ਾਹਤ ਕੀਤੀ ਹੈ। ਅੱਗੇ ਆ ਗਿਆ ਮਾਸ਼ਾਅੱਲਾ ਬੱਚਾ ਨੰਬਰ 4, ਅਤੇ ਚਰਾਈ 'ਤੇ ਤਿਆਰ ਕੀਤੇ ਨੇ, ਇਹ ਸੂਬੇਦਾਰ ਸਾਹਿਬ ਵਜ਼ਾਹਤ ਕੀਤੀ ਹੈ, ਇਲਾਕੇ 'ਚ ਖਰੀਦਦਾਰੀ ਕੀਤੀ ਹੈ। ਬੱਚਾ ਨੰਬਰ 4 ਬੰਨ ਚੈੱਕ ਕਰਨੀ, ਝਾਲਰ ਵੇਖਣੀ, ਚਿਹਰਾ ਵੀ ਵੇਖ ਲੈਣਾ ਦੋਸਤਾਂ। ਠੀਕ ਹੈ ਭਾਈ ਅਮਰ ਚੱਕਰ ਲਵਾ ਕੇ ਲੈ, ਬੱਚਾ ਨੰਬਰ 4 ਇਹ ਦੇਸੀ ਹੈ। ਠੀਕ ਹੈ ਲੈ ਆਓ, ਠੀਕ ਹੈ ਚਰਬੀ ਘੱਟ ਹੋਈ ਜੀ, ਗੋਸ਼ਤ ਇਨਸ਼ਾਅੱਲਾ ਅੱਛਾ ਹੋਇਆ। ਦੁਕਾਨ ਦੇ ਫਰਾਜ਼ ਸਾਹਿਬ ਬੱਕਰੇ ਨੰਬਰ ਤਾਂ ਮਜ਼ਾ ਨਾ ਆਇਆ ਨਾ, ਤੇ ਮੈਨੂੰ ਆਖ ਵਾਹ ਈ ਤਾਂ ਇਹਨੇ ਕਿ ਵਾਹ ਸੋ ਬੱਕਰੇ ਨੂੰ ਝੂਠ ਮਾਰ ਕਰਿਆ, ਤੇ ਇਹ ਬੱਕਰੇ ਨਾਲ ਬਹੁਤਾ ਮਜ਼ਾ ਆਏਗਾ ਇਨਸ਼ਾਅੱਲਾ। ਚੁਗਣ ਵਾਲੇ ਬੱਚੇ ਜਿਹੜੇ ਹੁੰਦੇ ਨਾ, ਮੈਂ ਕੋਈ ਤਾਂ ਬੜਾ ਦੇਖਦਾ ਐ, ਫੂਟੀਆਂ ਸ਼ੂਟੀਆਂ ਸਾਰੀਆਂ ਖਾਧੀਆਂ। ਠੀਕ ਹੈ ਬੱਚਾ ਨੰਬਰ 4 ਸੀ, ਕੀਮਤ 1,30,000 ਅੱਗੇ ਆ ਗਿਆ ਜੀ। ਬੱਚਾ ਨੰਬਰ 5 ਇਹਨਾਂ ਤਿੰਨਾਂ ਦਾ ਪ੍ਰਿੰਟ ਮਾਸ਼ਾਅੱਲਾ ਜੀ ਤਕਰੀਬਨ ਸੇਮ ਹੀ, ਖੂਬਸੂਰਤੀ ਦੋਸਤਾਂ ਵੇਖ ਲੈਣੀ ਹੈ, ਬੰਦ ਚੱਲ ਵੀ ਚੈੱਕ ਕਰਨੀ ਹੈ। ਬੱਚਾ ਨੰਬਰ 5 ਮਾਸ਼ਾਅੱਲਾ, ਠੀਕ ਭਾਈ ਚੱਕਰ ਲਵਾ ਕੇ ਲਿਆਵੋ, ਹੱਥ ਖਿਲਾ ਰਿਹਾ ਇਹ ਚੱਕਰ ਮਾਸ਼ਾਅੱਲਾ, ਚਿਹਰਾ ਦੋਸਤਾਂ ਵੇਖ ਲੈਣਾ, ਬੰਦ ਚੱਲ ਠੀਕ ਹੈ।
ਠੀਕ ਹੈ ਟੋਰਾ ਭਾਈ ਜੀ, ਬੱਚਾ ਨੰਬਰ 5 ਇਹ ਦੋ ਦੰਦ ਬੱਚਾ ਦੇਸੀ ਠੀਕ ਆ ਚੈੱਕ ਕਰੋ ਮਾਸ਼ਾਅੱਲਾ ਜੀ ਦੇਸੀ ਬੰਨਾਂ ਵਾਲੇ ਬੱਚੇ ਨੇ ਦੇਸੀ ਠੀਕ ਹੈ ਕੀਮਤ 1,30,000 ਅੱਗੇ ਆ ਗਿਆ ਬੱਚਾ ਨੰਬਰ 6 ਠੀਕ ਹੈ ਹਾਈਟ ਦੀ ਵੇਖ ਲੈਣੀ ਮਾਸ਼ਾਅੱਲਾ ਜੀ ਖੂਬਸੂਰਤੀ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ ਬੱਚਾ ਨੰਬਰ 6 ਖੂਬਸੂਰਤੀ ਚੈੱਕ ਕਰ ਲੈਣੀ ਹੈ ਮਾਸ਼ਾਅੱਲਾ ਕੁਰਬਾਨੀ ਠੀਕ ਹੈ ਖੂਬਸੂਰਤੀ ਮਾਸ਼ਾਅੱਲਾ ਜੀ ਚੈੱਕ ਕਰਨੀ ਚਿਹਰਾ ਵੀ ਦੋਸਤਾਂ ਵੇਖਣਾ ਬੰਨ ਅਤੇ ਝਾਲਰ ਵੀ ਵੇਖ ਲੈਣੀ ਮਾਸ਼ਾਅੱਲਾ ਜੀ ਦੋ ਦੰਦ ਦੇਸੀ ਨਸਲ 'ਚ ਠੀਕ ਹੈ ਬੱਚਾ ਨੰਬਰ 6 ਕੀਮਤ 1,30,000 1,30,000 ਅੱਗੇ ਆ ਗਿਆ ਜੀ ਬੱਚਾ ਨੰਬਰ 7 ਮਾਸ਼ਾਅੱਲਾ ਪੂਰਾ ਗੁੱਥਿਆ ਸਿਹਤ ਦੋਸਤਾਂ ਵੇਖ ਲੈਣੀ ਹਾਈਟ ਚੈੱਕ ਕਰਨੀ ਮਾਸ਼ਾਅੱਲਾ ਮੁਕੰਮਲ ਨਜ਼ਾਰਾ ਕਰਨਾ ਅਤੇ ਕੀਮਤ ਚੋਲਸਤਾਨੀ ਕ੍ਰਾਸ ਅਤੇ ਕੀਮਤ ਅੱਧੀ ਵੀ 1,30,000 1,30,000 ਬੱਚਾ ਨੰਬਰ 87 ਅਤੇ ਅੱਗੇ ਹੁਣ ਦੋਸਤਾਂ ਨੂੰ ਸੂਬੇਦਾਰ ਸਾਹਿਬ ਅਤੇ ਮੈਂਬਰ ਸਾਹਿਬ ਦਾ ਪੈਗਾਮ ਸੁਣਾਉਂਦੇ ਹਾਂ।